ਅੱਜ ਇਹਦੇ ਪੱਲੇ ਕੱਖ ਨਹੀਂ ਰਿਹਾ, ਕੱਖਾਂ ਦੀ ਤਰ੍ਹਾਂ ਰੁਲ ਗਿਆ, ਅੱਜ ਇਹ ਨਵਾਣਾ ਸਿੱਖ ਬਣ ਕੇ ਜਾਊ। ਇੱਥੇ ਉਹ ਸਮਾਂ ਨਾ ਗ੍ਰੰਥੀਆਂ ਨੂੰ ਸੁਪਨੇ 'ਚ ਨਹੀਂ ਇਹਨਾਂ ਦੇਖਿਆ, ਇਹ ਨੌਕਰ ਬਣ ਕੇ ਜੀ ਰਹੇ ਨੇ। ਉਪ ਨਿਯਮ ਬਣਾ ਕੇ ਜਿਹੜਾ ਬੇੜਾ ਗਰਕ ਕੀਤਾ ਸਾਡੇ ਸਿਧਾਂਤ ਦਾ, ਮਾਲਕ ਤੋਂ ਨੌਕਰ ਬਣਾਤਾ, ਇਹਦੇ 'ਚ ਸਾਨੂੰ ਕੁਛ ਨਹੀਂ, ਨਾ ਕੋਈ ਡਾਇਰੈਕਸ਼ਨ ਮਿਲੀ ਅਤੇ ਨਾ ਮਿਲ ਸਕਦੀ। ਸਜ਼ਾ ਜਿਹੜੀ ਹੁੰਦੀ ਆ ਕਿ ਇੱਕ ਤਾਂ ਉਹਨੂੰ ਨੰਗਾ ਕਰਨਾ ਕਿ ਤੂੰ ਅੰਦਰੋਂ ਸਿੱਖ ਵੀ ਹੈਗਾ ਕਿ ਨਹੀਂ ਹੈਗਾ, ਤਾਂ ਇਲਜ਼ਾਮ ਸਭ ਤੋਂ ਵੱਡਾ ਇਲਜ਼ਾਮ ਤਾਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ। ਉਹਦੇ ਦਰਮਿਆਨ ਪ੍ਰੋਟੈਸਟ ਕਰਨ ਵਾਲਿਆਂ ਨੂੰ ਗੋਲੀਆਂ ਮਾਰਨੀਆਂ, ਗੋਲੀਆਂ ਮਾਰਨ ਵਾਲੇ ਅਫਸਰਾਂ ਨੂੰ ਬਚਾਉਣਾ, ਅੱਜ ਤੱਕ ਲੱਤ ਕੱਢ ਕੇ ਬਚਾਉਣਾ। ਮੈਂ ਇੱਥੋਂ ਤੱਕ ਕਹਿ ਸਕਦਾ ਕਿ ਜਿਸ ਰੁਤਬੇ ਨੂੰ, ਜਿਸ ਪੰਥ ਅਤੇ ਗ੍ਰੰਥ ਦੇ ਸਿਧਾਂਤ ਨੂੰ ਦਸਮ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਕੇ ਅਤੇ ਆਪਣੀ ਥਾਂ ਦਿੱਤੀ, ਮਾਲਕ ਬਣਾਇਆ, ਉਹਨਾਂ ਨੂੰ ਸਾਡੇ ਅਕਾਲੀ ਲੀਡਰਾਂ ਨੇ ਨੌਕਰ ਬਣਾ ਲਿਆ। ਪਦਵੀ ਸੀ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ 98 ਸਾਲ ਦੀ ਉਮਰ ਦੇ ਵਿੱਚ ਸਥਾਪਿਤ ਕੀਤਾ ਸੀ, ਉਹਨਾਂ ਨੂੰ ਸਿੰਘ ਸਾਹਿਬ ਕਹਿ ਕੇ ਜਾਂ ਹੈਡ ਮਿਨਿਸਟਰ ਕਹਿ ਕੇ ਨੌਕਰ ਕਰ ਲਿਆ। ਅਕਾਲ ਤਖ਼ਤ ਦੇ ਉੱਤੇ ਜਥੇਦਾਰ ਅਕਾਲ ਤਖ਼ਤ ਦਾ ਕੋਈ ਇਕੱਲੇ ਦਾ ਰੁਤਬਾ ਨਹੀਂ, ਇਹ ਪੰਥ ਅਤੇ ਗ੍ਰੰਥ ਦਾ ਸਿਧਾਂਤ ਹੈ, ਪੰਜ ਸਿੰਘਾਂ ਦੀ ਪੰਚਾਇਤ ਆ। ਇਹ ਜਦੋਂ ਦੀ ਪ੍ਰਬੰਧਕ ਕਮੇਟੀ ਹੋਣ 'ਚ ਆਈ ਆ, ਇਹਨਾਂ ਨੇ ਇਹ ਉਪ ਨਿਯਮ ਬਣਾ ਕੇ ਇਸ ਪ੍ਰਥਾ ਨੂੰ ਕਮਜ਼ੋਰ ਕਰਕੇ ਆਪਣੇ ਅੰਡਰ ਲੈ ਲਿਆ ਕਿ ਸਾਡੇ ਖਿਲਾਫ਼ ਕਿਤੇ ਕੋਈ ਗੱਲ ਨਾ ਹੋਵੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ 15 ਦਿਨ ਦੇ ਅੰਦਰ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਲਈ ਕਿਹਾ ਅਤੇ ਸਪਸ਼ਟੀਕਰਨ ਦੇਣ ਲਈ ਕਿਹਾ। ਇਸ ਪੂਰੇ ਘਟਨਾਕ੍ਰਮ ਨੂੰ ਸਮਝਣ ਦੇ ਲਈ ਅੱਜ ਪਹੁੰਚੇ ਹਾਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਾਹਿਬ ਕੋਲ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਕੀ ਕੁਛ ਹੋ ਸਕਦਾ, ਕੀ ਸਜ਼ਾ ਸੁਣਾਈ ਜਾ ਸਕਦੀ ਹੈ ਔਰ ਪਹਿਲਾਂ ਕੀ ਹੁੰਦਾ ਆਇਆ ਹੈ। ਭਾਈ ਰਣਜੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਇਹ ਪੂਰਾ ਘਟਨਾਕ੍ਰਮ ਦੇਖਿਆ, ਹੁਣ 15 ਦਿਨ ਦੇ ਅੰਦਰ ਅੰਦਰ ਸੁਖਬੀਰ ਸਿੰਘ ਬਾਦਲ ਜਾਣਗੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਮੈਂ ਨਿਵਾਣਾ ਸਿੱਖ ਹੋ ਕੇ ਜਾਊਂਗਾ। ਮੈਂ ਥੋੜਾ ਜਿਹਾ ਪਿੱਛੇ ਵੀ ਜਾਊਂਗਾ, ਪਹਿਲਾਂ ਕੀ ਹੁੰਦਾ ਆਇਆ ਵਾ, ਹੁਣ ਤੱਕ ਕਦੀ ਸ੍ਰੀ ਜਿਹੜੇ ਅਕਾਲੀ ਦਲ ਹੈ ਉਹਨਾਂ ਦੇ ਪ੍ਰਧਾਨ ਨੂੰ ਕਦੀ ਕਦੀ ਸਜ਼ਾ ਲੱਗੀ ਹੈ, ਕਿੱਥੋਂ ਤੱਕ ਸਜ਼ਾ ਲੱਗੀ ਹੈ ਔਰ ਜਦੋਂ ਪਤਾ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਸੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਵੀ ਜਦੋਂ ਕੋਈ ਗਲਤ ਫੈਸਲਾ ਲਿਆ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆਉਣਾ ਪਿਆ, ਉਹਨਾਂ ਨੇ ਕੋੜਿਆਂ ਦੀ ਸਜ਼ਾ ਵੀ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ ਜਦੋਂ ਉਦੋਂ ਅਕਾਲ ਤਖ਼ਤ ਦਾ ਰੁਤਬਾ ਹੋਰ ਸੀ, ਉਦੋਂ ਪੰਥ ਤੇ ਗ੍ਰੰਥ ਦਾ ਸਿਧਾਂਤ ਉੱਥੇ ਜਿਉਂਦਾ ਸੀ। ਇਹ ਜਦੋਂ ਦਾ ਪ੍ਰਬੰਧਕ ਕਮੇਟੀ ਬਣੀ ਆ ਉਸ ਟਾਈਮ ਤੋਂ ਇਹ ਜਿਹੜਾ ਰੁਤਬਾ ਹੈ ਉਹ ਕਮਜ਼ੋਰ ਹੋਇਆ। ਮੈਂ ਇੱਥੋਂ ਤੱਕ ਕਹਿ ਸਕਦਾ ਕਿ ਜਿਸ ਰੁਤਬੇ ਨੂੰ, ਜਿਸ ਪੰਥ ਅਤੇ ਗ੍ਰੰਥ ਦੇ ਸਿਧਾਂਤ ਨੂੰ ਦਸਮ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਕੇ ਅਤੇ ਆਪਣੀ ਥਾਂ ਦਿੱਤੀ, ਮਾਲਕ ਬਣਾਇਆ, ਉਹਨਾਂ ਨੂੰ ਸਾਡੇ ਅਕਾਲੀ ਲੀਡਰਾਂ ਨੇ ਨੌਕਰ ਬਣਾ ਲਿਆ। ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਉਪ ਨਿਯਮ ਬਣਾ ਕੇ ਅਤੇ ਉਪ ਨਿਯਮ ਬਣਾਉਣ ਤੋਂ ਬਾਅਦ ਇੱਕ ਤਾਂ ਬਾਬਾ ਬੁੱਢਾ ਜੀ ਦੀ ਪਦਵੀ ਜਿਹੜੀ ਆ, ਪਦਵੀ ਸੀ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ 98 ਸਾਲ ਦੀ ਉਮਰ ਦੇ ਵਿੱਚ ਸਥਾਪਿਤ ਕੀਤਾ ਸੀ, ਉਹਨਾਂ ਨੂੰ ਸਿੰਘ ਸਾਹਿਬ ਕਹਿ ਕੇ ਜਾਂ ਹੈਡ ਮਿਨਿਸਟਰ ਕਹਿ ਕੇ ਨੌਕਰ ਕਰ ਲਿਆ।
ਇੱਕ ਜਿਹੜੇ ਪੰਜ ਗ੍ਰੰਥੀ ਸੀਗੇ ਜਿੰਨੇ ਦੂਸਰੇ ਗੁਰਦੁਆਰਿਆਂ ਦੇ ਜਿਹੜੇ ਹੈੱਡ ਮਿਨਿਸਟਰ ਸੀ ਉਹਨਾਂ ਨੂੰ ਹੈੱਡ ਮਿਨਿਸਟਰ ਕਹਿ ਕੇ ਨੌਕਰ ਕਰ ਲਿਆ। ਜਥੇਦਾਰ ਅਕਾਲ ਤਖ਼ਤ ਦੀ ਨਾ ਐਕਟ ਦੇ ਵਿੱਚ ਕੋਈ ਪੋਸਟ ਆ ਤੇ ਨਾ ਹੀ ਹੋ ਸਕਦੀ ਹੈ, ਕਿਉਂਕਿ ਅਕਾਲ ਤਖ਼ਤ ਦੇ ਉੱਤੇ ਜਥੇਦਾਰ ਅਕਾਲ ਤਖ਼ਤ ਦਾ ਕੋਈ ਇਕੱਲੇ ਦਾ ਰੁਤਬਾ ਨਹੀਂ, ਇਹ ਪੰਥ ਤੇ ਗ੍ਰੰਥ ਦਾ ਸਿਧਾਂਤ ਹੈ। ਪੰਜ ਸਿੰਘਾਂ ਦੀ ਪੰਚਾਇਤ ਆ, ਤੋ ਪੰਜਾਂ ਦਾ ਸ਼੍ਰੋਮਣੀ ਹੋਣ ਕਰਕੇ ਬੁਲਾਰਾ ਹੋਣ ਕਰਕੇ ਉਹਨੂੰ ਜਥੇਦਾਰ ਅਕਾਲ ਤਖ਼ਤ ਕਿਹਾ ਜਾਂਦਾ। ਇਹ ਜਦੋਂ ਦੀ ਪ੍ਰਬੰਧਕ ਕਮੇਟੀ ਹੋਣ 'ਚ ਆਈ ਆ ਇਹਨਾਂ ਨੇ ਇਹ ਉਪ ਨਿਯਮ ਬਣਾ ਕੇ ਇਸ ਪ੍ਰਥਾ ਨੂੰ ਕਮਜ਼ੋਰ ਕਰਕੇ ਆਪਣੇ ਅੰਡਰ ਲੈ ਲਿਆ ਕਿ ਸਾਡੇ ਖਿਲਾਫ ਕਿਤੇ ਕੋਈ ਗੱਲ ਨਾ ਹੋਵੇ। ਖਾਸ ਕਰਕੇ ਅਸੀਂ ਚਾਹੀਏ ਦੂਸਰੇ ਆਪਣੇ ਦੁਸ਼ਮਣ ਸਿੱਖ ਨੂੰ ਸਜ਼ਾ ਦਵਾਈਏ ਅਤੇ ਆਪਣਿਆਂ ਨੂੰ ਉੱਥੋਂ ਸੋਭਾ ਦਵਾਈਏ ਅਤੇ ਆਪਣਿਆਂ ਨੂੰ ਫਖਰੇ ਕੌਮ ਦੇ ਖਿਤਾਬ ਮਿਲ ਸਕਣ, ਪੰਥ ਰਤਨ ਦੇ ਖਿਤਾਬ ਮਿਲ ਸਕਣ। ਇਸ ਤਰੀਕੇ ਦੀ ਇਹ ਜਿਹੜੀ ਸੰਸਥਾ ਬਣ ਚੁੱਕੀ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਨੂੰ ਬੁਲਾਇਆ ਉਹ ਆਵੇਗਾ ਕਿ ਨਹੀਂ ਆਊਗਾ ਜਾਂ ਕਦੋਂ ਆਊਗਾ, ਇਹਦਾ ਇੱਕ ਸਮਾਂ ਹੁੰਦਾ ਹੈ ਜਦੋਂ ਇਹਦੇ ਪ੍ਰਕਾਸ਼ ਸਿੰਘ ਬਾਦਲ ਕੋਲ, ਇਹਦੇ ਸੁਖਵੀਰ ਦੇ ਬਾਪ ਕੋਲ ਸੱਤਾ ਸੀ ਸੈਂਟਰ ਦੀ, ਪੰਜਾਬ ਦੀ, ਕਮੇਟੀ ਦੀ, ਸਾਰਾ ਕੁਛ ਇਹਦੇ ਕਬਜ਼ੇ ਸੀ। ਉਹ ਅਬਦਾਲੀ ਬਣ ਕੇ ਆਉਂਦਾ ਸੀ ਅਕਾਲ ਤਖ਼ਤ, ਅੱਜ ਇਹਦੇ ਪੱਲੇ ਕੱਖ ਨਹੀਂ ਰਿਹਾ, ਕੱਖਾਂ ਦੀ ਤਰ੍ਹਾਂ ਰੁਲ ਗਿਆ, ਅੱਜ ਇਹ ਨਵਾਣਾ ਸਿੱਖ ਬਣ ਕੇ ਜਾਊਗਾ। ਪਰ ਉਹ ਵੀ ਪਹਿਲਾਂ ਆਦੇਸ਼ ਇਹਦੇ ਘਰੋਂ ਜਾਊਗਾ ਉਹਨਾਂ ਪੰਜਾਂ ਗ੍ਰੰਥੀਆਂ ਨੂੰ ਕਿ ਇਸ ਤਰੀਕੇ ਨਾਲ ਤੁਸੀਂ ਇਸ ਤਰ੍ਹਾਂ ਕੰਮ ਕਰਦੇ ਹੋ, ਨਾਲੇ ਜਿਹੜੇ ਗਏ ਨੇ ਇਹਦੇ ਖਿਲਾਫ਼ ਸ਼ਿਕਾਇਤ ਲੈ ਕੇ ਉਹਨਾਂ ਨੂੰ ਸਜ਼ਾ ਦਵਾਊਗਾ, ਨਾਲ ਆਪਣੇ ਆਪ ਵੀ ਭਾਂਡੇ ਮਾਂਜ ਲਊਗਾ ਅਤੇ ਉਹਨਾਂ ਨੂੰ ਬੁਲਾ ਕੇ ਮੁੜ ਕੇ ਉਹ ਹੁਕਮ ਦੇ ਦੇਣਗੇ ਕਿ ਪਛਤਾਵਾ ਕਰਨ ਲਈ ਇਕੱਠੇ ਹੋ ਕੇ ਖੰਡ ਪਾਠ ਕਰਾਓ ਅਤੇ ਤੁਸੀਂ ਸੁਖਵੀਰ ਸਿੰਘ ਬਾਦਲ ਦੀ ਅਗਵਾਈ 'ਚ ਚੱਲੋ, ਇਹ ਫੈਸਲਾ ਹੋਊਗਾ। ਕਿਉਂਕਿ ਮੈਂ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਸੀ, ਉਸ ਵੇਲੇ ਤਾਂ ਉਹਨਾਂ ਨੇ ਦੁਨੀਆਂ ਜਿੱਤੀ ਸੀ, ਉਹਨਾਂ ਦਾ ਬਹੁਤ ਵੱਡਾ ਸਮਰਾਜ ਸੀ, ਔਰ ਜਦੋਂ ਉਹਨਾਂ ਨੂੰ ਸੱਦਿਆ ਗਿਆ ਕੋੜਿਆਂ ਦੀ ਸਜ਼ਾ ਸੁਣਾਈ ਗਈ, ਇਸ ਵੇਲੇ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਅਜੇ ਤਾਂ ਸਪਸ਼ਟੀਕਰਨ ਮੰਗਿਆ, ਅਜੇ ਕੋਈ ਦੋਸ਼ੀ ਨਹੀਂ ਹੈ, ਜੇਕਰ ਸਪਸ਼ਟੀਕਰਨ ਤੋਂ ਸੰਤੁਸ਼ਟ ਹੁੰਦੇ ਆ ਫਿਰ ਕੀ ਹੋ ਸਕਦਾ, ਜੇ ਸੰਤੁਸ਼ਟ ਨਹੀਂ ਹੁੰਦੇ ਦੋਸ਼ੀ ਕਰਾਰ ਦਿੱਤਾ ਜਾਂਦਾ ਤਾਂ ਕਿਸ ਤਰੀਕੇ ਦੀ ਸਜ਼ਾ ਹੋ ਸਕਦੀ? ਉਹ ਸਮਾਂ ਆਉਣਾ ਨੀ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਹਾਲਾਤ ਸੀਗੇ, ਜਿਹੜਾ ਉਸ ਸਮੇਂ ਰੁਤਬਾ ਸੀ ਅਕਾਲ ਤਖ਼ਤ ਦਾ ਪੰਜ ਸਿੰਘ ਸਾਹਿਬਾਨ ਦਾ, ਉਹ ਸਮਾਂ ਨੀ ਆਉਣਾ ਇੱਥੇ, ਉਹ ਸਮਾਂ ਨਾ ਗ੍ਰੰਥੀਆਂ ਨੂੰ ਸੁਪਨੇ ਚ ਨਹੀਂ ਇਹਨਾਂ ਦੇਖਿਆ, ਇਹ ਨੌਕਰ ਬਣ ਕੇ ਜੀ ਰਹੇ ਨੇ। ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸਿਧਾਂਤ ਦਿੱਤਾ, ਚਾਕਰ ਕਹੀਏ ਖਸਮ ਕਾ ਸੋਹੇ ਉੱਤਰ ਦੇ ਵਜੋ ਗਵਾਏ ਆਪਣਾ ਤਖ਼ਤ ਨਾ ਬੈਸੇ ਸੇ। ਜੇ ਕੋਈ ਨੌਕਰ ਅੱਗੋਂ ਜਵਾਬ ਦੇਣ ਲੱਗ ਪਏ ਮਾਲਕ ਦੇ ਤੇ ਉਹ ਤਖ਼ਤ ਤੇ ਨਹੀਂ ਪੈਂਦਾ, ਉਹ ਆਪਣੀ ਤਨਖਾਹ ਗਵਾ ਲੈਂਦਾ, ਆਪਣਾ ਵਜ਼ੀਫਾ ਗਵਾ ਲੈਂਦਾ। ਇਹ ਲੋਕ ਵਜ਼ੀਫਾ ਨਹੀਂ ਗਵਾਉਣਗੇ, ਆਪਣੀ ਤਨਖਾਹ ਨਹੀਂ ਗਵਾਉਣਗੇ, ਇਹ ਉਹ ਉਹਨਾਂ ਦੇ ਕੋਲ ਉਹ ਤਾਕਤ ਨਹੀਂ ਹੈਗੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਥ ਸਿੰਘ ਕੋਲ ਸੀਗੀ। ਇਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਡਰਾਂ ਨੇ ਉਪ ਨਿਯਮ ਬਣਾ ਕੇ ਜਿਹੜਾ ਬੇੜਾ ਗਰਕ ਕੀਤਾ ਸਾਡੇ ਸਿਧਾਂਤ ਦਾ, ਮਾਲਕ ਤੋਂ ਨੌਕਰ ਬਣਾਤਾ, ਇਹਦੇ 'ਚ ਸਾਨੂੰ ਕੁਛ ਨਹੀਂ, ਨਾ ਕੋਈ ਡਾਇਰੈਕਸ਼ਨ ਮਿਲੀ ਅਤੇ ਨਾ ਮਿਲ ਸਕਦੀ। ਨਹੀਂ, ਲੇਕਿਨ ਸਵਾਲ ਇਹ ਹੈ ਕਿ ਹੁਣ ਤੱਕ ਅਕਾਲੀ ਦਲ ਦੇ ਪ੍ਰਧਾਨ ਕੋਈ ਹੈ ਜਿਹੜੇ ਦੋਸ਼ੀ ਕਰਾਰ ਦਿੱਤੇ ਹੋਣ, ਉਹਨਾਂ ਨੂੰ ਵੱਧ ਤੋਂ ਵੱਧ ਕਿਵੇਂ ਦੀ ਸਜ਼ਾ ਹੋਈ ਹੈ, ਔਰ ਜੇ ਇਹ ਦੋਸ਼ੀ ਕਰਾਰ ਹੁੰਦੇ ਨੇ ਤਾਂ ਕਿਸ ਤਰੀਕੇ ਦੀ ਸਜ਼ਾ ਹੋ ਸਕਦੀ ਹੈ? ਇਹ ਦੇਖੋ, ਸਜ਼ਾ 'ਤੇ ਇਹ ਜਿਹੜੇ ਸਜ਼ਾ 'ਤੇ ਡਿਪੈਂਡੈਂਟ ਹੁੰਦੇ ਆ, ਤੁਸੀਂ ਗੁਨਾਹ ਕੀ ਕੀਤਾ, ਕਿੱਡਾ ਕੁ ਵੱਡਾ ਗੁਨਾਹ ਕੀਤਾ, ਜਿਹੜੇ ਇਹਨਾਂ 'ਤੇ ਇਲਜ਼ਾਮ ਲੱਗੇ ਨੇ, ਜਿਹੜੇ ਮਾਫ਼ੀਨਾਮਾ ਚੰਦੂ ਮਾਇਰਾ ਹੋਰੀ ਗਏ, ਉਹਨਾਂ ਨੇ 4 ਪੁਆਇੰਟ ਦਾ ਜ਼ਿਕਰ ਕੀਤਾ, ਰਾਮ ਰਹੀਮ ਦਾ ਜ਼ਿਕਰ ਕੀਤਾ, ਇਹਦੇ ਵਿੱਚ ਸਜ਼ਾ ਮਿਲਦੀ ਹੈ, ਨੰਬਰਦਾਰੀ ਨਹੀਂ ਮਿਲਦੀ। ਇਹ ਜਿਹੜੇ ਗੁਨਾਹ ਨੇ, ਦੇਖੇ ਜਿਹੜੇ ਇਲਜ਼ਾਮ ਲੱਗੇ ਉਹਨਾਂ ਦੇ ਉੱਤੇ, ਉਹਨਾਂ ਇਲਜ਼ਾਮਾਂ ਦੇ ਉੱਤੇ, ਕਿਉਂਕਿ ਤੁਸੀਂ ਵੀ ਜਥੇਦਾਰ ਰਹੇ ਹੋ, ਉਹਨਾਂ ਇਲਜ਼ਾਮਾਂ ਦੇ ਉੱਤੇ ਕੀ ਕੁਛ ਹੋ ਸਕਦਾ? ਬਹੁਤ ਵੱਡੀ ਸਜ਼ਾ ਮਿਲਦੀ ਹੈ, ਉਹ 'ਚ ਸੇਵਾ ਨਹੀਂ ਮਿਲਦੀ, ਸਜ਼ਾ ਮਿਲਦੀ ਹੈ। ਸਜ਼ਾ ਅਤੇ ਸੇਵਾ 'ਚ ਫਰਕ ਹੈ।
ਸਜ਼ਾ ਕਿਸ ਤਰੀਕੇ ਦੀ? ਸਜ਼ਾ ਜਿਹੜੀ ਹੁੰਦੀ ਆ ਕਿ ਇੱਕ ਤੇ ਉਹਨੂੰ ਨੰਗਾ ਕਰਨਾ ਕਿ ਤੂੰ ਅੰਦਰੋਂ ਸਿੱਖ ਵੀ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤੇ ਸਾਨੂੰ ਇਸ ਇਸ ਤਰੀਕੇ ਦੱਸ ਵੀ ਤੂੰ ਕਿੱਦਾਂ ਸਿੱਖ ਆ। ਸੰਗਤ ਨੂੰ ਪਤਾ ਲੱਗੇ ਵੀ ਇਹ ਦਿਖਾਵੇ ਦਾ ਸਿੱਖ ਆ, ਭੇਖੀ ਸਿੱਖ ਆ ਕਿ ਅੰਦਰੋਂ ਵੀ ਇਹਦੇ ਕੁਛ ਹੈ, ਇਹ ਤੋਂ ਕਿਤੇ ਗਲਤੀ ਹੋਈ ਆ ਤੇ ਅਣਜਾਣੇ ਚ ਹੋਈ ਆ, ਫਿਰ ਇੱਕ ਹੋਈ ਆ, ਦੋ ਹੋਈ ਆ, ਦਸ ਹੋਈਆਂ, ਕਿੰਨੀਆਂ ਕੁ ਹੋਈਆਂ ਨੇ, ਉਹ ਮਾਫ਼ੀ ਯੋਗ ਨੇ ਹੈ ਜਾਂ ਨਹੀਂ ਹੈਗੀਆਂ, ਤਾਂ ਫਿਰ ਕੌਮ ਨੂੰ ਇਹਨਾਂ ਦੇ ਰਹਿਮੋ ਕਰਮ ਤੇ ਨਹੀਂ ਛੱਡਿਆ ਜਾ ਸਕਦਾ। ਲੇਕਿਨ ਉਹ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹ ਤੁਸੀਂ ਸੁਪਨੇ ਚ ਨਾ ਸੋਚੋ ਕਿ ਉਹੋ ਜਿਹਾ ਕੰਮ ਹੋ ਜਾਊਗਾ। ਨਹੀਂ, ਜਿਹੜੇ ਇਲਜ਼ਾਮ ਲੱਗੇ ਤੁਸੀਂ ਇਲਜ਼ਾਮਾਂ ਬਾਰੇ ਪੜਿਆ, ਤੁਸੀਂ ਪੜਿਆ ਕਿਹੜੇ ਕਿਹੜੇ ਇਲਜ਼ਾਮ ਔਰ ਉਹਨਾਂ ਦੇ ਕੀ ਕੁਛ ਪੈਂਦਾ? ਤਾਂ ਇਲਜ਼ਾਮ, ਸਭ ਤੋਂ ਵੱਡਾ ਇਲਜ਼ਾਮ ਤੇ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬੇਅਦਬੀ ਕਰਨ ਵਾਲਿਆਂ ਨੂੰ ਪਨਾਹ ਦੇਣੀ 3 ਸਾਲ, ਜਦੋਂ ਤੱਕ ਇਹ CMC ਤੇ ਡਿਪਟੀ CMC ਦੋਵੇਂ ਪਿਓ ਪੁੱਤ, ਉਹਦੇ ਦਰਮਿਆਨ ਪ੍ਰੋਟੈਸਟ ਕਰਨ ਵਾਲਿਆਂ ਨੂੰ ਗੋਲੀਆਂ ਮਾਰਨੀਆਂ, ਗੋਲੀਆਂ ਮਾਰਨ ਵਾਲੇ ਅਫਸਰਾਂ ਨੂੰ ਬਚਾਉਣਾ, ਅੱਜ ਤੱਕ ਲੱਤ ਗੱਡ ਕੇ ਬਚਾਉਣਾ, ਪ੍ਰਬੰਧਕ ਕਮੇਟੀ ਵੱਲੋਂ ਉਹਦਾ ਸਹਿਯੋਗ ਨਾ ਹੋਣ ਦੇਣਾ, ਉਹਦੀ ਇਨਵੈਸਟੀਗੇਸ਼ਨ ਦਾ ਉਹਨੂੰ ਸਹਿਯੋਗ ਨਾ ਦੇਣਾ, ਬਲਕਿ ਮਤੇ ਪਾਸ ਕਰ ਲੈਣੇ ਕਿ ਸਾਡਾ ਪ੍ਰਧਾਨ ਤੇ ਕਿਸੇ ਜੱਜ ਅੱਗੇ ਪੇਸ਼ ਹੀ ਨਹੀਂ ਹੁੰਦਾ, ਇਸ ਕਰਕੇ ਅਸੀਂ ਸਹਿਯੋਗ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਉਹਦੀ ਇਨਵੈਸਟੀਗੇਸ਼ਨ ਹੋਵੇ ਤੇ ਕਮੇਟੀ ਕਵੇ ਕਿ ਅਸੀਂ ਸਹਿਯੋਗ ਨਹੀਂ ਦੇਵਾਂਗੇ, ਇਹ ਸਭ ਤੋਂ ਵੱਡੀ ਬੱਜਰ ਗੁਨਾਹ, ਬੱਜਰ ਗਲਤੀ ਹੈ। ਉਹ ਸਾਰਾ ਕੁਛ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪੁੱਤਰ ਦੀ ਮਿਹਰਬਾਨੀ ਕਰਕੇ ਹੋ ਰਿਹਾ। ਇੱਕ ਜਿਹੜਾ ਇਸ਼ਤਿਹਾਰਾਂ ਦਾ ਜ਼ਿਕਰ ਹੁੰਦਾ, ਇੱਕ ਹੋਰ ਮੈਂ ਫਿਰ ਜਿਹੜੇ ਕਾਤਲ ਸੀ, ਜਿਹੜੇ ਗੋਲੀਆਂ ਮਾਰਨ ਵਾਲੇ ਸੀ, ਉਹਨੂੰ ਆਪਣਾ DGP ਬਣਾਉਣਾ ਪੰਜਾਬ ਦਾ, ਇਹ ਬਹੁਤ ਵੱਡਾ ਗੁਨਾਹ। ਇੱਕ ਅਜ਼ਹਾਰ ਆਲਮ ਵਰਗੇ ਜਿਹੜੇ ਸ਼ਿਕਾਰ ਖੇਡਦੇ ਰਹੇ ਸਿੱਖ ਬੱਚਿਆਂ ਦਾ, ਉਹਨੂੰ ਉਹਦੀ ਬੇਗਮ ਨੂੰ ਇਹ ਆਪਣਾ ਮਨਿਸਟਰ ਬਣਾਉਣਾ, ਕੈਬਨਿਟ ਮਨਿਸਟਰ, ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਉਣਾ ਰਿਟਾਇਰ ਹੋਣ ਤੋਂ ਬਾਅਦ। ਇੱਕ ਉਸ ਤੋਂ ਬਾਅਦ ਜਦੋਂ ਰਾਮ ਰਹੀਮ ਨੂੰ ਕਲੀਨ ਚਿੱਟ ਦੇਣੀ ਆ, ਪਹਿਲਾਂ ਆਦੇਸ਼ ਦੇਣਾ, ਹੁਕਮ ਦੇਣਾ 5 ਗ੍ਰੰਥੀਆਂ ਨੂੰ ਕਿ ਤੁਸੀਂ ਇਸ ਤਰ੍ਹਾਂ ਇਹਨੂੰ ਕਲੀਨ ਚਿੱਟ ਜਿਹੜੀ ਅਸੀਂ ਬਣਾ ਦਿੱਤੀ ਆ, ਉਹ 'ਤੇ ਸਾਈਨ ਕਰੋ ਅਤੇ ਦੇ ਦਿਓ। ਉਹ ਦਿੱਤਾ, ਜਦੋਂ ਬਹੁਤ ਜ਼ਿਆਦਾ ਫਸਾਦ ਉੱਠਿਆ, ਉਦੋਂ ਅੱਗ ਆਈ ਬਾਦਲ ਦੇ ਘਰ ਤੱਕ, ਅਤੇ ਫਿਰ ਇਹਨੂੰ ਵਾਪਸ ਲੈ ਲਓ, ਉਹਨੇ ਲੈ ਲਿਆ। ਪਰ ਜਦੋਂ ਕਲੀਨ ਚਿੱਟ ਦਿੱਤੀ ਤਾਂ ਉਹਨੂੰ ਕਲੀਨ ਚਿੱਟ ਨੂੰ ਸਫਲ ਕਰਨ ਲਈ ਗੁਰੂ ਦੀ ਗੋਲਕ 'ਚੋਂ, ਜਿਹੜਾ ਲੋਕ ਆਪਣੇ ਬੱਚਿਆਂ ਦਾ ਪੇਟ ਕੱਟ ਕੇ 10-10 ਰੁਪਈਏ ਮੱਥਾ ਟੇਕਦੇ ਆ, ਉਸ ਗੋਲਕ ਦੇ ਵਿੱਚੋਂ 1 ਕਰੋੜ ਰੁਪਈਆ ਤਕਰੀਬਨ 93 ਲੱਖ ਦੇ ਜਾਂ 96 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਵੀ ਇਹ ਬਹੁਤ ਵਧੀਆ ਫੈਸਲਾ ਸੀ ਕਾਲ ਤੱਕ ਦਾ। ਉਹ ਵੀ ਗੁਨਾਹ ਸੀ, ਬਹੁਤ ਵੱਡੀ ਬੱਜਰ ਗਲਤੀ ਉਹ ਵੀ, ਉਹ ਪ੍ਰਬੰਧਕ ਕਮੇਟੀ ਨੇ ਕੀਤੀ ਅਤੇ ਕਰਵਾਈ ਇਸ ਬਾਦਲ ਨੇ। ਉਹ ਗੁਨਾਹ ਜਿਹੜਾ ਕੀਤਾ ਉਹ 5 ਗ੍ਰੰਥੀਆਂ ਨੇ ਕੀਤਾ, ਕਲੀਨ ਚਿੱਟ ਦੇਣ ਵਾਲਾ। ਅੱਜ ਮੈਂ ਜਿਹੜਾ ਤੁਸੀਂ ਵਾਰ ਵਾਰ ਸਵਾਲ ਕਰਦੇ, ਮੈਂ ਤਾਂ ਹੀ ਕਹਿੰਦਾ ਨੇ ਕਿ ਇਹ ਜਿਹੜੀ ਪੰਜਾਂ ਪਿਆਰਿਆਂ ਦੀ ਸੰਸਥਾ, ਇਹ ਕਿਹਦੇ ਕੋਲੋਂ ਉਹ ਗੁਨਾਹ ਦੀ ਮਾਫ਼ੀ ਲਊਗੀ ਜਿਹੜਾ ਆਪ ਕੀਤਾ? ਅਤੇ ਸਾਰੇ ਇਸ ਹਮਾਮ 'ਚ ਨੰਗੇ ਨੇ, ਇਹ ਜਿਹੜਾ ਵੀ ਕੰਮ ਕਰਨਗੇ ਸੰਗਤ ਦਾ ਉਹਨਾਂ ਨੂੰ ਸਹਿਯੋਗ ਨਹੀਂ ਮਿਲਣਾ, ਸੰਗਤ ਦਾ ਵਿਸ਼ਵਾਸ ਨਹੀਂ ਜਿੱਤਿਆ ਜਾਣਾ। ਸੰਗਤ ਦਾ ਵਿਸ਼ਵਾਸ ਜਿੰਨੀ ਕਰੜੀ ਸਜ਼ਾ ਮਿਲੂਗੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ, ਕਿਸ ਤਰੀਕੇ ਦੀ ਹੋ ਸਕਦੀ, ਇਹ ਘੱਟੋ ਘੱਟ ਇਸ ਫੀਲਡ 'ਚੋਂ ਬਾਹਰ ਹੋਵੇ, ਸਿਆਸਤ 'ਚੋਂ ਬਾਹਰ ਹੋਵੇ। ਜਿਹੜੀ ਸਿਆਸਤ ਨੇ ਸਾਡੇ ਗੁਰੂ ਘਰ ਦਾ, ਧਰਮ ਦਾ, ਸਾਡੀ ਸਿਆਸਤ ਦਾ, ਪੰਜਾਬ ਦਾ ਨੁਕਸਾਨ ਕੀਤਾ ਅਤੇ ਸਾਡੀ ਕੌਮ ਨੂੰ ਜਲੀਲ ਕੀਤਾ, ਉਹਦੀ ਅਗਵਾਈ ਇਸ ਬੰਦੇ ਨੂੰ ਨਹੀਂ ਮਿਲਣੀ ਚਾਹੀਦੀ। ਕਿਉਂਕਿ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਉਹ ਵੀ ਉਸ ਵੇਲੇ ਸੱਤਾ ਦੇ ਵਿੱਚ ਸੀਗੇ, ਉਹ ਵੀ ਉਸ ਵੇਲੇ ਚੁੱਪ ਰਹੇ, ਮੀਟਿੰਗਾਂ ਦੇ ਵਿੱਚ ਨਹੀਂ ਬੋਲੇ, ਤਾਂ ਉਹਨਾਂ ਸਾਰਿਆਂ ਨੂੰ ਸਜ਼ਾ ਮਿਲੇਗੀ? ਮੈਂ ਨਹੀਂ ਕਹਿੰਦਾ ਵੀ ਉਹਨਾਂ ਨੂੰ ਨੰਬਰਦਾਰੀ ਦੇ ਦਿਓ, ਉਹ ਤੇ ਆਪੇ ਕਹਿੰਦੇ ਵੀ ਅਸੀਂ ਨਾਲ ਸੀ। ਇਹ ਤੇ ਹੁਣ ਉਹ 5 ਗ੍ਰੰਥੀਆਂ ਤੇ ਉਹ ਕੀ ਸਵੀਕਾਰ ਕਰਦੇ ਨੇ ਇਹਨਾਂ ਦੀ ਜਿਹੜੀ ਸਜ਼ਾ?
ਕਿ ਸਾਰਿਆਂ ਨੂੰ ਹੋ ਸਕਦੀ ਸੁਖਬੀਰ ਬਾਦਲ ਵੀ, ਚੰਦੂ ਮਾਹਿਰਾ ਵੀ, ਬੀਬੀ ਜਗੀਰ ਕੌਰ ਵੀ, ਜਿਹੜੇ ਜਿਹੜੇ ਉਸ ਵੇਲੇ ਸੱਤਾ ਚ ਸੀਗੇ, ਕਿ ਇਹਨਾਂ ਸਾਰਿਆਂ ਦੇ ਉੱਤੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਹਿ ਸਕਦੇ ਨੇ। ਸਜ਼ਾ ਛੋਟੀ ਮੋਟੀ ਨਹੀਂ ਜੇ ਚ ਮਾਫ਼ੀ ਦਿੱਤੀ ਜਾ ਸਕੇ। ਇਹ ਕੌਮ ਨਾਲ ਧਰੋਹ ਆ, ਇਹ ਕਿਰਤ ਘਣਤਾ ਦਾ ਬਹੁਤ ਵੱਡਾ ਸਬੂਤ ਆ, ਜਿਹੜਾ ਆਪਣੇ ਆਪ ਦੇ ਰਹੇ, ਆਪਣੇ ਆਪ ਜਾ ਰਹੇ ਨੇ ਕਿ ਅਸੀਂ ਵੀ ਨਾਲ ਸੀ, ਤੇ ਜਾ ਰਹੇ ਉਹਨਾਂ ਕੋਲ ਜਿਹਨਾਂ ਆਪ ਗੁਣਾਹ ਕੀਤਾ ਉਹ ਚ ਹਿੱਸਾ ਪਾਇਆ ਬਾਦਲ ਦੇ ਕਹਿਣ ਤੇ। ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸ ਤਰ੍ਹਾਂ ਉਹਦੇ ਪਰਿਵਾਰ ਨੂੰ ਤੁਸੀਂ ਭਾਂਡੇ ਮਜਵਾ ਕੇ ਕਹਿ ਸਕਦੇ ਕਿ ਲਓ ਜੀ ਤੁਸੀਂ ਅੱਗੇ ਲੱਗੋ, ਤੇ ਇਹ ਜਿਹੜੇ ਜਾਣਗੇ ਮਾਫ਼ੀ ਮੰਗਣੇ ਇਹਨਾਂ ਨੂੰ ਕਹਿੰਗੇ ਤੁਸੀਂ ਵੀ ਭਾਂਡੇ ਮਾਂਜ ਕੇ ਤੇ ਇਹਦਾ ਸਾਥ ਦਿਓ, ਤੁਸੀਂ ਪੰਥ ਨੂੰ ਤਗੜਾ ਕਰੋ। ਅਜਿਹਾ ਵੀ ਹੋ ਸਕਦਾ ਕਿ ਜਾਂ ਹੁੰਦਾ ਕਿ ਪ੍ਰਧਾਨ ਦੇ ਤੌਰ ਤੇ ਉਹਨਾਂ ਨੇ ਜਾਣਾ ਹੁੰਦਾ, ਜਾਂ ਕਿਹਾ ਜਾਏਗਾ ਪ੍ਰਧਾਨ ਦੇ ਤੌਰ ਤੇ ਉਹ ਨਹੀਂ ਆ ਸਕਦਾ, ਜਿਹੜੇ ਉਹ ਤੇ ਦੋਸ਼ ਲੱਗੇ ਨੇ ਉਤੋਂ ਕਲੀਅਰ ਹੋ ਕੇ ਆਪਣੇ ਆਪ ਨੂੰ ਨਿਊਟਰਲ ਕਰਕੇ ਅਕਾਲ ਤਖ਼ਤ ਤੇ ਅੱਗੇ ਆ ਸਕਦਾ, ਜਿਹੜੀ ਮਰਿਆਦਾ, ਕਿਉਂਕਿ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ। ਬਿਲਕੁਲ, ਬਹੁਤ ਇਸ ਵੇਲੇ ਹਾਸ਼ੀਏ ਤੇ ਅਕਾਲੀ ਦਲ ਚੱਲ ਰਿਹਾ, ਦੋ ਫਾੜ ਹੋ ਗਿਆ। ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਹ ਵੀ ਕਹਿ ਸਕਦੇ ਨੇ ਕਿ ਸਾਰੇ ਇਕੱਠੇ ਹੋ ਜਾਓ ਕੌਮ ਵਾਸਤੇ, ਕੌਮ ਨੂੰ ਮਜ਼ਬੂਤ ਕਰੋ, ਆਪਣੇ ਗਿਲੇ ਸ਼ਿਕਵੇ ਖਤਮ ਕਰੋ, ਆਪਣੇ ਜਿਹੜੇ ਮੁਫਾਦ ਨੇ ਉਹਨਾਂ ਨੂੰ ਹਟਾਓ ਪਿੱਛੇ, ਔਰ ਸਾਰੇ ਇਕੱਠੇ ਹੋਵੋ। ਫਿਲਹਾਲ ਨਾ ਇਹ ਜਿਹੜੀ ਫੁੱਟ ਦੇ ਕਾਰਨ ਜਿਹੜੇ ਨੇ ਉਹ ਹੈ ਨਹੀਂ ਗੇ, ਇਹ ਕਾਰਨ ਨੇ ਲੋਕਾਂ ਵੱਲੋਂ ਸਹਿਯੋਗ ਨਾ ਮਿਲਣ ਦੇ। ਅਕਾਲੀ ਦਲ ਤਾਂ ਹਾਸ਼ੀਏ ਤੇ ਚਲੇ ਜਾਣਾ, ਕਿਉਂ ਗਏ ਨੇ ਇਹ ਕਾਰਨ ਜਦੋਂ ਵਿਚਾਰਨਗੇ ਤੇ ਇਹ ਨਹੀਂ ਕਹਿ ਸਕਦੇ ਕਿ ਇਕੱਠੇ ਹੋ ਜਾਓ ਤੁਸੀਂ। ਉਹ ਕਹਿਣਗੇ ਪਹਿਲਾਂ ਜਿਹੜਾ ਤੁਸੀਂ ਗੁਨਾਹ ਕੀਤਾ ਕੌਮ ਨਾਲ ਗਦਾਰੀ ਕੀਤੀ, ਪਹਿਲਾਂ ਉਹਦਾ ਹਿਸਾਬ ਦਿਓ, ਹਿਸਾਬ ਦਿਓ। ਹਿਸਾਬ ਦੇਣ ਜਦੋਂ ਆਊਗਾ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ, ਉਦੋਂ ਐਜ਼ ਸਿੱਖ ਆਵੇ, ਜਿਸ ਤਰ੍ਹਾਂ ਕਿਹਾ ਮੈਂ ਨਿਮਾਣਾ ਸਿੱਖ ਦੀ ਵਜ੍ਹਾ ਆਊਂਗਾ, ਇਹਦਾ ਬਾਪ ਤੇ ਆਉਂਦਾ ਸੀ ਅਬਦਾਲੀ ਦੀ ਤਰ੍ਹਾਂ, ਇਹ ਆਊਗਾ ਨਿਮਾਣੇ ਸਿੱਖ ਦੀ ਤਰ੍ਹਾਂ। ਤੇ ਨਿਮਾਣੇ ਸਿੱਖ ਦੀ ਤਰ੍ਹਾਂ ਆਪਣਾ ਰੁਤਬਾ, ਜਦੋਂ ਮਹਾਰਾਜਾ ਰਣਜੀਤ ਸਿੰਘ ਆਇਆ ਸੀ ਨਾ ਇੱਥੇ, ਤੇ ਉਹਨੇ ਸ਼ਾਹੀ ਚੋਲਾ ਉਤਾਰ ਕੇ ਤੇ ਫਿਰ ਉਹ ਨੰਗੇ ਪਿੰਡੇ ਆਇਆ ਸੀ। ਇਹ 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 ਆਪਣੀ ਜਿਹੜੀਆਂ ਇਹਦੀਆਂ ਜ਼ਿੰਮੇਵਾਰੀਆਂ ਲਈ ਫਿਰਦਾ, ਆਪਣੇ ਆਪ ਹੀ ਬਣਾਈ ਫਿਰਦਾ ਪ੍ਰਧਾਨਗੀਆਂ, ਇਹਨਾਂ ਨੂੰ ਪਾਸੇ ਕਰਕੇ ਰਿਜ਼ਾਈਨ ਕਰਕੇ ਤੇ ਫਿਰ ਅਕਾਲ ਤਖ਼ਤ ਤੇ ਅੱਗੇ ਆਵੇ, ਤੇ ਅੱਗੋਂ ਉਹੋ ਜਿਹੀ ਉਹਨੂੰ ਸਜ਼ਾ ਮਿਲੇ ਜਿਹੜੀ ਮਿਲਣੀ ਚਾਹੀਦੀ ਹੈ। ਫਿਰ ਲੋਕਾਂ ਦੀ ਤਸੱਲੀ ਹੁੰਦੀ, ਫਿਰ ਲੋਕਾਂ ਤੋਂ ਬਾਅਦ ਉਹ ਸਜ਼ਾ ਤੋਂ ਬਾਅਦ ਫਿਰ ਸਿੱਖ ਫਿਰ ਜਿਹੜਾ ਵੀ ਅਕਾਲੀ ਦਲ ਜਮਾਤ ਤੇ ਖਤਮ ਨਹੀਂ ਹੋਣੀ। ਸਜ਼ਾ ਕਿਸ ਤਰੀਕੇ? ਸਜ਼ਾ ਇਹਦੀ ਇੱਕ ਤੇ ਘੱਟੋ ਘੱਟ ਇਹਨੂੰ ਬਾਹਰ ਕਰਨਗੇ, ਘੱਟੋ ਘੱਟ ਤੂੰ ਇੰਨੇ ਸਾਲ ਤੱਕ ਇਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ। ਇਹ ਸਭ ਤੋਂ ਜ਼ਰੂਰੀ ਤੇ ਇਹ ਆ ਨਾ, ਜਿਹੜਾ ਨੁਕਸਾਨ ਨਾ ਕਰ ਸਕੇ। ਉਹਦੇ ਬਾਅਦ ਉਹ ਵੱਖਰੀ ਗੱਲ ਹੈ ਵੀ ਉਹ ਕੀ ਸਜ਼ਾ ਲਾ ਸਕਦੇ, ਉਹ ਕੀ ਨੀਅਤ ਕਰਦੇ ਨੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ। ਇਹ ਜਿਹੜੀ ਸਜ਼ਾ ਆ, ਇਹਦੇ ਬਾਅਦ ਸਜ਼ਾ ਜਿੰਨੀ ਕਰੜੀ ਹੋਊਗੀ ਉਨਾ ਲੋਕਾਂ ਦਾ ਯਕੀਨ ਬਣੂਗਾ, ਉਨੇ ਹੀ ਲੋਕ ਅਕਾਲੀ ਦਲ ਦੇ ਨਾਲ ਜੁੜ ਸਕਦੇ ਆ, ਇਹ ਵਿਸ਼ਵਾਸ ਨਾਲ ਕਿ ਹੁਣ ਚੰਗੇ ਬੰਦੇ ਅੱਗੇ ਆ ਕੇ ਅਕਾਲੀ ਦਲ ਨੂੰ ਸੰਭਾਲ ਲੈਣਗੇ। ਕਿਉਂਕਿ ਇਸ ਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਹੋਰੀ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਈ ਸੀ, ਉਸ ਵੇਲੇ ਵੀ ਉਹਨਾਂ ਨੇ ਮਾਫ਼ੀ ਮੰਨੀ ਸੀ। ਉਹਨਾਂ ਨੇ ਕਿਹਾ ਸੀ ਕੋਈ ਮੇਰੇ ਕੋਲ ਗਲਤੀ ਹੋਈ, ਭੁੱਲ ਚੁੱਕ ਹੋਈ ਹੈ, ਤਾਂ ਜੇ ਤੁਹਾਨੂੰ ਲੱਗਦਾ ਹੈ ਤਾਂ ਤੁਹਾਨੂੰ ਭੁਲੇਖਾ ਅਕਾਲ ਤਖ਼ਤ ਦੇ ਉੱਤੇ ਜਾ ਕੇ ਪ੍ਰੈਸ ਕਾਨਫਰੰਸ ਕਰ ਦੇਣੀ ਜਾਂ ਭਾਸ਼ਣ ਕਰ ਦੇਣਾ ਪੇਸ਼ੀ ਨਹੀਂ ਹੁੰਦੀ, ਪੇਸ਼ੀ ਦੇ ਵਿੱਚ ਤੇ ਉਹਦੇ ਵਿੱਚ ਬਹੁਤ ਫਰਕ ਆ। ਨਹੀਂ, ਜਦੋਂ ਪਹਿਲਾਂ ਗਏ ਸੀ ਜਿਹੜੀਆਂ ਤਸਵੀਰਾਂ ਦੇਖੀਆਂ, ਮੈਨੂੰ ਪਤਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ, ਮੈਨੂੰ ਪਤਾ ਉੱਥੇ ਜਦੋਂ ਗਿਆ ਉਹਦਾ, ਮੈਨੂੰ ਪਤਾ ਉਹਨੇ ਨਤਮਸਤਕ ਹੋਏ ਸੀ ਉੱਥੇ। ਮੈਂ ਕਿਹਾ ਜੀ ਹੱਥ ਨਕਮਸਤ ਤੇ ਕੋਈ ਵੀ ਹੁੰਦਾ, ਪਰ ਇੱਕ ਗ੍ਰੰਥੀ ਨੂੰ ਇਹਦੇ ਬਾਪ ਨੇ ਦੇਤਾ ਕਿ ਆਹ ਦੇਖੋ ਜੀ ਪੜ੍ਹ ਦਿਓ, ਅਰਦਾਸ ਕਰ ਦਿਓ, ਤੇ ਉਹ ਸਜ਼ਾ ਹੋ ਗਈ, ਆਪੇ ਜਾ ਕੇ ਬੂਟ ਪਾਲਿਸ਼ ਕਾਸ਼ ਕਰਨ ਲੱਗ ਪਏ। ਕਿਸੇ ਨੇ ਹੁਕਮ ਦਿੱਤਾ ਤੁਸੀਂ ਇੰਨੇ ਦਾ ਬੂਟ ਪਾਲਿਸ਼ ਕਰੋ, ਤੁਸੀਂ ਇਹ ਗੁਨਾਹ ਕੀਤਾ, ਤੁਸੀਂ ਤਨਖਾਹੀਆਂ ਕਰਾ ਦਿੱਤਾ ਜਾਂਦਾ, ਕਿਹਾ ਕਿਸੇ ਨੇ? ਇਸ ਤਰ੍ਹਾਂ ਹੀ ਇਹਦੇ ਮੁੰਡੇ ਨੇ ਕੀਤਾ, ਦੇਖੋ ਜੀ ਮੈਂ ਅਕਾਲ ਤਖ਼ਤ ਤੋਂ ਨਕਮਸਤਕ ਹੋ ਕੇ ਕਹਿੰਦਾ ਮੈਂ ਜਾਣੇ ਅਣਜਾਣੇ 'ਚ ਕੋਈ ਗੁਨਾਹ ਕੀਤਾ, ਇਹ ਜਾਣੇ ਅਣਜਾਣੇ 'ਚ ਗੁਨਾਹ ਨੇ।
ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਕਿਸੇ ਨੇ ਤੇ ਚੈਲੰਜ ਕਰਕੇ ਕੀਤੀ। ਤੂੰ ਚੈਲੰਜ ਕਰਨ ਵਾਲਿਆਂ ਦਾ ਤੂੰ ਸ਼ਰਨਦਾਤਾ ਰਿਹਾ, ਸ਼ਰਨਦਾਤਾ ਬਣਿਆ ਰਿਹਾ 3 ਸਾਲ ਜਦੋਂ ਤੱਕ ਤੂੰ ਸੀਐਮ ਸੀ ਤੇ ਡਿਪਟੀ ਸੀਐਮ ਸੀ। ਉਹਦੇ ਬਾਅਦ ਜਦੋਂ ਪ੍ਰੋਟੈਸਟ ਕੀਤਾ ਸਿੱਖਾਂ ਨੇ, ਉਹਨਾਂ ਨੂੰ ਤੂੰ ਗੋਲੀਆਂ ਮਰਵਾਈਆਂ, ਜਵਾਹਰ ਸਿੰਘ ਵਾਲਾ ਚ ਕਪੂਰਥਲੇ ਕੋਟਕਪੂਰੇ ਗੋਲੀਆਂ ਮਾਰਨ ਵਾਲਿਆਂ ਨੂੰ ਤੂੰ ਡੀ ਜੀ ਪੀ ਬਣਾਇਆ, ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਤੇ ਉਹਨਾਂ ਨੂੰ ਆਚ ਨਹੀਂ ਆਉਣ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਇਨਫੋਰਮੇਸ਼ਨ ਨਹੀਂ ਦਿੱਤੀ ਕੋਈ, ਨਾ ਪ੍ਰਬੰਧਕ ਕਮੇਟੀ ਨੇ ਸਹਿਯੋਗ ਦਿੱਤਾ, ਨਾ ਇਨਵੈਸਟੀਗੇਸ਼ਨ ਹੋ ਸਕੀ, ਨਾ ਉਹਦਾ ਕੋਈ ਸਿੱਟਾ ਨਿਕਲ ਸਕਿਆ। ਤੋ ਇਹ ਬੱਜਰ ਗਲਤੀਆਂ ਨੇ, ਬਹੁਤ ਵੱਡੀਆਂ, ਇਹ ਜਾਣੇ ਅਣਜਾਣੇ ਚ ਗਲਤੀਆਂ ਨਹੀਂ ਹੋਈਆਂ। ਤੁਸੀਂ ਡੀ ਜੀ ਪੀ ਲਾਇਆ ਜਾਣੇ ਪਜਾਣੇ ਚ ਲਾਇਆ, ਤੁਸੀਂ ਇਜ਼ਹਾਰ ਆਲਮ ਨੂੰ ਮੀਤ ਪ੍ਰਧਾਨ ਬਣਾਇਆ ਜਾਣੇ ਅਣਜਾਣ ਚ ਲਾਇਆ, ਉਹਦੀ ਬੇਗਮ ਨੂੰ ਤੁਸੀਂ ਮਿਨਿਸਟਰ ਬਣਾਇਆ ਕੈਬਨਿਟ ਮਿਨਿਸਟਰ ਜਾਣੇ ਅਣਜਾਣੇ ਚ ਹੋਇਆ। ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਸਿੱਖ ਸਮਝਦੇ ਨੇ ਚੰਗੀ ਤਰ੍ਹਾਂ, ਇਹ ਜਿਹੜੇ ਜਿਹਨਾਂ ਨੂੰ ਮਰਿਆਦਾ ਬਾਰੇ ਗਿਆਨ ਹੈ, ਕਾਲ ਤਖ਼ਤ ਕੀ ਆ, ਉਹਦੀ ਪੇਸ਼ੀ ਕੀ ਆ, ਪੇਸ਼ੀ ਪੇਸ਼ੀ ਦੀ ਤਰ੍ਹਾਂ ਹੋਵੇ, ਵੀ ਛੋਟੀਆਂ ਮੋਟੀਆਂ ਗੱਲਾਂ 'ਚ ਚੱਲ ਜਾਂਦਾ ਕਿਤੇ, ਆਪਸੀ ਹੋਮੇ ਦੇ ਕਾਰਨ, ਆਪਸੀ ਆਪਣੇ ਫਾਇਦੇ ਦੇ ਕਾਰਨ ਆਪਣੇ ਦੋ ਭਰਾ ਲੜ ਪੈਣ ਤੇ ਉਹਨਾਂ 'ਚ ਹੋ ਸਕਦਾ ਵੀ ਤੁਸੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ, ਭਾਂਡੇ ਮਾਂਜੋ ਕਰ ਨੂੰ ਜਾਓ। ਇਹ ਜਿਹੜੀਆਂ ਬੱਜਰ ਗਲਤੀਆਂ ਨੇ, ਜਿਹੜੀਆਂ ਗਲਤੀਆਂ ਨੇ ਕੌਮ ਨੂੰ ਮਿੱਟੀ 'ਚ ਰੋਲ ਦਿੱਤਾ, ਉਹ ਗਲਤੀਆਂ ਨੇ। ਇਹਨਾਂ ਗਲਤੀਆਂ ਕਰਨ ਵਾਲਿਆਂ ਨੂੰ ਹੀਰੋ ਨਹੀਂ ਬਣਾਇਆ ਜਾ ਸਕਦਾ। ਤਨਖਈਆ ਐਲਾਨਿਆ ਜਾ ਸਕਦਾ ਔਰ ਸਪਸ਼ਟੀਕਰਨ ਤੋਂ ਬਾਅਦ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦੇਖਣਾ ਕਿ ਕੀ ਕੁਛ ਫੈਸਲਾ ਲੈਣਾ। ਮਰਿਆਦਾ ਤੇ ਆ ਕਿ ਉਹਨੂੰ ਜਦੋਂ ਆਊਗਾ ਉਹਨੂੰ ਦੱਸ ਕੇ ਵੀ ਆਇਆ ਗੁਨਾਹ ਤੁਸੀਂ ਕੀਤੇ, ਉਹ ਕਹੂਗਾ ਮੈਂ ਕੀਤੇ ਆ ਜਾਂ ਹੋਏ ਆ, ਉਹਨੂੰ ਤਨਖਾਹੀਆ ਕਰਾਰ ਦੇਣ, ਫਿਰ ਉਸ ਤੋਂ ਬਾਅਦ ਆਪਣਾ ਫੈਸਲਾ ਸੁਣਾਉਣ ਕਿ ਅਸੀਂ ਆਹ ਫੈਸਲਾ ਕੀ ਮੇਰੇ ਨਾਲ ਬਾਕੀ ਸਾਰੇ ਸੀ ਕੈਬਨਿਟ ਦੇ ਫੈਸਲੇ ਸੀ। ਉਹ ਤੇ ਉਹਦਾ ਆਪ ਲਿਖ ਕੇ ਦਿੱਤਾ ਕਿ ਅਸੀਂ ਨਾਲ ਸੀ, ਇਹਦੇ ਉਹ ਤੇ ਪੁੱਛਣ ਦੀ ਲੋੜ ਨਹੀਂ। ਫਿਰ ਇਹਨਾਂ ਤੇ ਵੀ ਸਜ਼ਾ ਹੋਏਗੀ, ਸਜ਼ਾ ਇਹਨਾਂ ਨੂੰ ਵੀ ਮਿਲ ਜੂਗੀ ਨਾਲ, ਪਰ ਉਹ ਜਿਹੜੀ ਸਜ਼ਾ ਸਜ਼ਾ ਹੋਵੇ, ਸੇਵਾ ਨਾ ਹੋਵੇ। ਵੱਧ ਤੋਂ ਵੱਧ ਕੀ ਸਜ਼ਾ ਹੁੰਦੀ ਹੈ? ਵੱਧ ਤੋਂ ਵੱਧ ਸਜ਼ਾ ਮੈਂ ਕਹਿੰਦਾ ਜੀ, ਇਹ ਇਸ ਪਰਿਵਾਰ ਨੂੰ ਮਗਰੋਂ ਲਾਹ ਦੇ, ਪੰਜਾਬ ਦਿਓ, ਇਹ ਕੌਮ ਦਿਓ, ਧਰਮ ਦਿਓ, ਇਹ ਵੀ ਬੜੀ ਵੱਡੀ ਸਜ਼ਾ। ਠੀਕ, ਹਾਂਜੀ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ।